ਹੈਲੋ ਜੀ, ਸਤਿ ਸ਼੍ਰੀ ਅਕਾਲ। ਇਹ ਸੈਕਿੰਡ ਵਲੋਗ ਡੇ ਆ ਹੋਸਪਿਟਲ ਦਾ, ਅਤੇ ਜਾਂਦੇ ਪਏ ਹਾਂ ਅਤੇ ਮੈਂ ਉਹੀ ਵੀਡੀਓ ਬਣਾਉਂਦੀ ਪਈ ਹਾਂ। ਔਰ ਕਿਵੇਂ ਹੋ ਤੁਸੀਂ ਸਾਰੇ? ਆਈ ਹੋਪ ਠੀਕ ਹੋਵੋਗੇ। ਅਤੇ ਇਸ ਟਾਈਮ ਦੇ ਮੰਨਤ ਨੂੰ ਕੁਝ ਫਰਕ ਪੈ ਗਿਆ ਸੀ ਜੀ। ਪਹੁੰਚ ਗਏ ਹਾਂ ਹੋਸਪਿਟਲ, ਥੋੜ੍ਹੀ ਲੇਟ ਹੋ ਗਏ ਹਾਂ। ਆ ਜਾ, ਹੁਣ ਇਹਨੂੰ ਡ੍ਰਿਪ ਲੱਗੇਗੀ। ਦੇਖੋ ਕਿੰਨੇ ਵਜੇ ਤੱਕ ਇੱਥੇ ਰੱਖਦੇ ਆ ਸਾਨੂੰ। ਰਾਤ ਨੂੰ ਫੀਵਰ ਵੀ 104 ਸੀਗਾ। ਲੇਟ ਜਾ ਫਿਰ ਕੀ ਹੋਇਆ? ਕੁਛ ਤਾਂ ਹੋਇਆ ਆ, ਦੱਸ। ਡਿਊਟੀ ਹੁਣ ਅਸੀਂ ਹੁਣ ਇੱਥੇ ਹੀ ਹਾਂ, ਦੇਖਦੇ ਸਾਨੂੰ ਕਿੰਨਾ ਟਾਈਮ ਲੱਗੇਗਾ। ਬਾਏ ਡੈਡੀ ਨੂੰ। ਚਲੋ ਠੀਕ ਹੈ, ਫਿਰ ਕਰੂੰਗੀ ਫੋਨ। ਹੁਣ ਮੈਂ ਤਾਂ ਮੰਨਾ ਤਾਂ ਇੱਥੇ ਹਾਂ, ਇਹ ਚੱਲ ਚੱਲਿਆ। ਡੈਡੀ ਨੂੰ ਵੀ ਪ੍ਰੋਗਰਾਮ ਆ ਨਾ, ਪਾਠ ਕਰਨ ਜਾਣਾ। ਪਹਿਲਾਂ ਗੁਰਦੁਆਰੇ ਸੀ, ਫਿਰ ਉੱਥੇ ਚੱਲ। ਗਏ ਡੈਡੀ। ਮੈਨੂੰ ਮੰਨਤ ਦੀ ਅੱਖ ਲੱਗਦੀ ਪਈ ਸੀ, 2 ਮਿੰਟ ਮੈਂ ਬਾਹਰ ਨੂੰ ਧੁੱਪ ਵੱਲ ਨੂੰ ਆ ਗਈ। ਅਜੇ ਧੁੱਪ ਵੀ ਇੰਨੀ ਇੰਨੀ ਹੈ, ਜ਼ਿਆਦਾ ਤੇਜ਼ ਧੁੱਪ ਨਹੀਂ ਕਿ ਅੱਜ ਜਾਨੀ ਅੰਦਰ। ਉਹਦੀ ਡ੍ਰਿਪ ਦਾ ਵੀ ਧਿਆਨ ਰੱਖਣਾ ਇਹਨਾਂ ਨਾਲ। ਇਹਨਾਂ ਦਾ ਕੋਲ ਆਇਆ ਸੀ ਨਾ, ਅਤੇ ਉਹ ਸੁਣਨ ਨੂੰ ਮੈਂ ਬਾਹਰ ਆ ਗਈ ਹਾਂ। ਇੱਧਰ ਰੈਸਟ ਰੂਮ ਆ, ਅਤੇ ਜਾਨੀ ਹਾਂ। ਅਜੇ ਤਾਂ ਇੰਨੀ ਪਈ ਹੋਈ ਹੈ, ਕਾਫੀ ਸਲੋ ਸਲੋ ਚੱਲਦੀ ਪਈ ਹੈ। ਮੰਨਤ ਇੱਧਰ ਦੇਖ ਬੱਚੇ, ਕੋਈ ਫਰਕ ਆ ਨਾ ਪਹਿਲਾਂ ਨਾਲੋਂ? ਕੱਲ੍ਹ ਹੀ ਗਏ ਹਾਂ, ਜਦੋਂ ਕੱਲ੍ਹ ਮੈਂ ਗਈ ਹਾਂ ਨਾ, ਕੱਲ੍ਹ ਮੰਨਤ ਬਿਲਕੁਲ ਠੀਕ ਸੀ, ਹੋ ਗਈ ਬਹੁਤ ਸੋਹਣੀ, ਗੱਲਾਂ ਬਾਤਾਂ ਵਧੀਆ। ਤਾਂ ਹੀ ਮੈਂ ਕੱਲ੍ਹ ਕੀਰਤਪੁਰ ਗਈ ਹਾਂ। ਔਰ ਇਹਨੇ ਰਾਤੀ ਖਾ ਲਏ ਓਰੀਓ ਬਿਸਕੁਟ, ਡਾਕਟਰਾਂ ਦੇ ਉਹਦੀ ਵਜ੍ਹਾ ਤੋਂ ਵੀਰ ਜੀ ਆਉਂਦੇ ਕਿ ਇਹਨੂੰ ਪ੍ਰੋਬਲਮ ਹੋਈ ਹੈ, ਕਿ ਉਹ ਜਿਵੇਂ ਜੰਮ ਜਾਂਦੇ ਆ ਨਾ, ਅਤੇ ਉਹਦੇ ਨਾਲ ਇਹਨੂੰ ਜਿਵੇਂ ਘਬਰਾਹਟ ਸ਼ੁਰੂ ਹੋਈ। ਮੈਂ ਨਹੀਂ, ਫਿਰ ਵੀ ਚੰਗਾ ਆ,
ਕਿ ਅੰਦਰੋਂ ਅੰਦਰ ਕੰਮ ਵਧਣ ਨਾਲੋਂ ਚਲੋ ਪਤਾ ਚੱਲ ਗਿਆ ਅਤੇ ਅਸੀਂ ਆ ਕੇ ਹੁਣ ਅਸੀਂ ਚਲ ਜਾਣਾ ਘਰ ਡੈਡੀ ਆਉਣ ਲੱਗਿਆ ਲੈਣ, ਸ਼ਾਮਾਂ ਨੂੰ ਫਿਰ ਆਉਣਾ ਡ੍ਰਿਪ ਲਾਉਣ, ਆ ਕੈਨੂਲਾ ਇਹਦੇ ਲੱਗਾ ਹੋਇਆ ਆ, ਜਿਵੇਂ ਰਾਤੀ ਸ਼ਾਮਾਂ ਨੂੰ ਫਿਰ ਡ੍ਰਿਪ ਲੱਗਣੀ ਹੈ, ਡ੍ਰਿਪ ਇੰਜੈਕਸ਼ਨ ਜੋ ਵੀ ਲੱਗਣਗੇ ਸ਼ਾਮਾਂ ਨੂੰ ਫਿਰ। ਅਤੇ ਹੁਣ ਬਸ ਡੈਡੀ ਆਉਣ ਵਾਲੇ ਤੋਂ ਕੁਛ ਦੱਸ ਦੇਣਾ ਕਿ ਹੁਣ ਕੁਛ ਫਰਕ ਆ, ਬਟ ਹਜੇ ਇਹਨਾਂ ਨੇ ਕਿਹਾ ਕਿ ਹੁਣ ਰੈਸਟ ਕਰਨੀ, ਇਹਨੇ ਘੱਟੋ ਘੱਟ ਹਫ਼ਤਾ 10 ਦਿਨ ਪ੍ਰੋਪਰ ਰੈਸਟ ਚਾਹੀਦੀ ਹੈ। ਕਾਫੀ ਫਰਕ ਆ ਹੁਣ ਡ੍ਰਿਪ, ਮਤਲਬ ਕਿ ਕੱਲ੍ਹ ਰਾਤੀ ਆਏ ਸੀਗੇ ਨਾ, ਸਵੇਰੇ ਵੀ ਆਏ ਹਾਂ, ਅਤੇ ਹੁਣ ਡਾਇਰੈਕਟ ਇੰਜੈਕਸ਼ਨ ਮਤਲਬ ਇਹਦੇ ਵਿੱਚ ਕੈਨੂਲਾ ਦੀ ਉਹਦੇ ਨਾਲ ਹੀ ਲਾਏ ਆ। ਅਤੇ ਬਸ ਹੁਣ ਇਹ ਆ ਜਾਣ ਅਤੇ ਫਿਰ ਘਰ ਜਾਈਏ, ਮੈਨੂੰ ਖੁਦ ਬੁਖਾਰ ਹੋ ਗਿਆ ਆ, ਠੰਡ ਲੱਗਦੀ ਪਈ ਬਹੁਤ ਜ਼ਿਆਦਾ, ਮੇਰਾ ਖੁਦ ਦਵਾਈ ਲੈ ਕੇ ਅਤੇ ਰੱਬਾ ਮੈਨੂੰ ਤਾਂ ਬੁਖਾਰ ਦਾ ਹੀ ਚੜ੍ਹੇ। ਸਵੇਰੇ ਜੰਨਤ ਨੇ ਵੀ ਸਕੂਲ ਜਾਣਾ, ਮੰਡੇ ਆ ਉਹਦਾ ਐਗਜ਼ਾਮ ਹੈ, ਕੋਈ ਨਹੀਂ ਮੈਂ ਕਰ ਦੂੰਗੀ। ਬਸ ਹੁਣ ਘਰ ਚੱਲੇ ਹਾਂ, ਇਹ ਆਉਂਦੇ ਪਏ ਆ, ਇਹਨਾਂ ਦਾ ਫੋਨ ਆ ਗਿਆ ਕਿ ਬਾਹਰ ਆ ਜਾਓ, ਅਸੀਂ ਆ ਗਏ ਹਾਂ। ਮੈਨੂੰ ਤਾਂ ਅੱਗੇ ਨਾਲ ਠੀਕ ਹੈ ਨਾ ਬੱਚੇ, ਅੱਗੇ ਨਾਲ ਬਹੁਤ ਹੁਣ ਆਉਂਦੀ, ਮੈਨੂੰ ਭੁੱਖ ਲੱਗੀ, ਮੇਰਾ ਜੀ ਕਰਦਾ ਮੈਂ ਫੁਲਕਾ ਖਾਵਾਂ ਰੋਟੀ, ਬਟ ਡਾਕਟਰ ਨੇ ਮੈਂ ਖਾ ਨਹੀਂ ਸਕਦੀ ਮਨਾ ਕੀਤਾ, ਜਦੋਂ ਅਸੀਂ ਤਰਲੇ ਲੈਂਦੇ ਰਹੇ ਨਾ, ਮਨਤ ਖਾ ਲੈ ਖਾ ਲੈ ਕੁਛ ਖਾ ਲੈ, ਅਤੇ ਉਦੋਂ ਮਨਤ ਖਾਂਦੀ ਨਹੀਂ ਰਹੀ। ਆ ਚੁੱਕੇ ਨੇ ਸਰਦਾਰ ਜੀ, ਮੋੜ ਕੇ ਲਿਆਉਣਗੇ ਨਾ। ਨਹੀਂ ਉੱਧਰ ਮੈਨੂੰ ਆਉਂਦੀ ਸੀ, ਮੰਮਾ ਤੁਸੀਂ ਵੀਡੀਓ ਬਣਾਈ ਮੇਰੀ ਜਦੋਂ ਮੇਰੇ ਹੱਥ 'ਚ ਲੱਗਾ ਆ, ਹੁਣ ਬਣ ਗਈ ਆ। ਡ੍ਰਿਪ ਰੁੱਕ ਗਿਆ ਸੀ ਨਾ ਇੱਧਰ, ਕਿੰਨੇ ਦਿਨ ਹੋ ਗਏ ਲੱਗੇ ਹੋਏ ਨੇ, ਤਾਂ ਕਰਕੇ ਚੇਂਜ ਕਰਕੇ ਹੁਣ ਦੂਜੇ ਹੱਥ 'ਚ ਲਗਾਇਆ ਆ। ਔਰ ਇਹਨੂੰ ਸੀਗਾ ਕਿ ਮੰਮਾ ਤੁਸੀਂ ਮੇਰੀ ਵੀਡੀਓ ਨਹੀਂ ਬਣਾਈ ਜਿੱਦਣ ਲੱਗਾ ਆ, ਹੁਣ ਖੁਸ਼ ਆ, ਹੁਣ ਬਣ ਗਈ ਹੈ, ਖੁਸ਼ ਆ ਹੁਣ। ਅੱਜ ਲਾਸਟ ਸੀ ਮੰਨਤ ਦੀ,
ਡ੍ਰਿਪ ਹੁਣ ਕੈਨੂਲਾ ਉੱਤਰ ਜਾਣਾ ਹੈ ਬਸ। ਚਲ ਕੋਈ ਗੱਲ ਨਹੀਂ, ਇੱਕ ਹਾਂ ਉੱਧਰ ਬਲੋਕੇਜ ਹੋ ਗਈ ਸੀ ਨਾ ਕਲੋਰ 'ਚ ਜੰਮ, ਤਾਂ ਫਿਰ ਹੁੰਦਾ ਹੀ ਨਹੀਂ ਪਿਆ। ਵਾਹਿਗੁਰੂ ਫੜ ਲਿਆ। ਹੁਣ ਕਿਵੇਂ ਦਾ ਲੱਗਦਾ ਪਿਆ? ਹੁਣ ਕੁਛ ਫਰਕ ਹੈ ਨਾ ਪਹਿਲਾਂ ਨਾਲੋਂ? ਬਸ ਵੀਕਨੈਸ ਹੈ ਜੋ ਤੁਰਦੀ ਨਾ, ਚੱਕਰ ਆਉਂਦੇ ਆ ਇਹਨੂੰ।